ਭਿਆਨਕ ਹਾਦਸਾ ਵਾਪਰਿਆ ਹੈ। ਸੜਕ ਹਾਦਸੇ ਦੇ ਵਿਚਾਲੇ 3 ਮਹੀਨੇ ਦੇ ਮਾਸੂਮ ਦੀ ਮੌਤ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਪਰਿਵਾਰ ਵਿਆਹ ਸਮਾਗਮ ਦੇ ਲਈ ਗੱਡੀ 'ਚ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਰਾਹ ਦੇ ਵਿਚਾਲੇ ਹੀ ਵੱਡਾ ਹਾਦਸਾ ਵਾਪਰ ਜਾਂਦਾ ਹੈ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਵਾਹਨ ਦੇ ਨਾਲ ਇਸ ਗੱਡੀ ਦੀ ਟੱਕਰ ਹੁੰਦੀ ਹੈ ਔਰ ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀ ਸਿੱਧਾ ਸੜਕ ਦੇ ਸਾਈਡ 'ਤੇ ਜਾ ਵੱਜਦੀ ਹੈ, ਜਿਸ ਤੋਂ ਬਾਅਦ ਬੇਕਾਬੂ ਹਾਲਾਤਾਂ ਦੇ ਵਿੱਚ ਗੱਡੀ ਦਾ ਵੱਡਾ ਨੁਕਸਾਨ ਵੀ ਹੁੰਦਾ। ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਅਤੇ ਇਸੇ ਹਾਦਸੇ ਦੇ ਵਿਚਾਲੇ ਇੱਕ 3 ਮਹੀਨੇ ਦੇ ਮਾਸੂਮ ਦੀ ਮੌਤ ਹੋਈ ਹੈ। ਪਰਿਵਾਰ ਦੇ 5 ਜੀ ਗੱਡੀ ਦੇ ਵਿੱਚ ਸਵਾਰ ਹੋ ਕੇ ਵਿਆਹ ਸਮਾਗਮ ਦੇ ਲਈ ਜਾ ਰਹੇ ਸੀ ਅਤੇ ਰਾਹ ਦੇ ਵਿਚਾਲੇ ਹੀ ਵੱਡਾ ਹਾਦਸਾ ਵਾਪਰ ਗਿਆ। ਤਾਂ ਵੱਡੀ ਖਬਰ ਨਵਾਂਸ਼ਹਿਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਹਾਦਸੇ ਦੇ ਦੌਰਾਨ 3 ਮਹੀਨੇ ਦੇ ਮਾਸੂਮ ਦੀ ਮੌਤ ਹੋਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮੌਕੇ 'ਤੇ ਪੁਲਿਸ ਪਹੁੰਚੀ ਹੈ। ਜਿਵੇਂ ਹੀ ਹਾਦਸਾ ਵਾਪਰਦਾ ਤਾਂ ਆਸੇ ਪਾਸੇ ਤੋਂ ਜੋ ਸੜਕ 'ਤੇ ਵਾਹਨ ਨਿਕਲ ਰਹੇ ਸੀ ਉਹ ਵੀ ਰੁਕ ਜਾਂਦੇ ਨੇ, ਚੀਕ ਚਿਖਾਣਾ ਮੱਚ ਜਾਂਦਾ। ਲੋਕਾਂ ਦੇ ਵੱਲੋਂ ਜੋ ਪਰਿਵਾਰ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ, ਉਹਨਾਂ ਨੂੰ ਨੇੜਲੇ ਹਸਪਤਾਲ ਵਿਖੇ ਦਾਖਲ ਕਰਵਾਇਆ ਜਾਂਦਾ, ਪਰ ਉੱਥੇ ਹੀ ਇਲਾਜ ਦੇ ਦੌਰਾਨ 3 ਮਹੀਨੇ ਦੇ ਮਾਸੂਮ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਜਾਂਦਾ, ਜਿਸ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਆ ਡਿੱਗਦਾ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਤਾਂ ਖਬਰ ਨਵਾਂਸ਼ਹਿਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਵੱਡਾ ਹਾਦਸਾ ਵਾਪਰਿਆ। ਸੜਕ ਹਾਦਸੇ ਦੇ ਵਿਚਾਲੇ 3 ਮਹੀਨੇ ਦੇ ਮਾਸੂਮ ਦੀ ਮੌਤ ਹੋਈ ਹੈ। ਇਹ ਗੱਡੀ ਜਲੰਧਰ ਤੋਂ ਆ ਰਹੀ ਸੀ, ਇਹ 'ਚ 5 ਮੈਂਬਰ ਸਵਾਰ ਸੀਗੇ, ਪਿੱਛੋਂ ਕਿਸੇ ਅਨਨੋਨ ਵਹੀਕਲ ਦੇ ਨਾਲ ਟਕਰਾ ਗਈ ਹੈ। ਟਕਰਾ ਕੇ ਸਾਰੀ ਨੁਕਸਾਨੀ ਗਈ ਹੈ, ਜਿਹਦੇ ਵਿੱਚ ਇੱਕ ਅਨਵਿਕ ਨਾਮ ਦਾ ਜਿਹੜਾ ਬੱਚਾ ਸੀ 3 ਮਹੀਨੇ ਦਾ, ਉਹਦੀ ਡੈਥ ਹੋ ਗਈ ਹੈ ਮੌਕੇ 'ਤੇ। ਬਾਕੀ ਮੈਂਬਰ ਸਾਰੇ ਗੁਰੂ ਨਾਨਕ ਮਿਸ਼ਨ ਹਸਪਤਾਲ ਦਾਖਲ ਹੈਗੇ ਆ। ਗੱਡੀ ਕੌਣ ਚਲਾ ਰਿਹਾ ਸੀਗਾ? ਗੱਡੀ ਵਿਨੋਦ ਜੱਖੂ ਚਲਾ ਰਿਹਾ। ਵਿਨੋਦ ਜੱਖੂ ਉਸ ਬੱਚੇ ਦਾ ਡੈਡੀ ਚਲਾ ਰਿਹਾ? ਬੱਚੇ ਦਾ ਡੈਡੀ। ਅਤੇ ਜਿਹੜਾ ਆ ਉਹਦੀ ਮਾਤਾ ਨੇ ਬੱਚਾ ਫੜਿਆ ਸੀਗਾ? ਹਾਂਜੀ, ਮਾਤਾ ਬੱਚਾ ਲੈ ਕੇ ਅੱਗੇ ਬੈਠੀ ਸੀ। ਮਾਤਾ ਦਾ ਕੀ ਨਾਂ ਹੈ? ਅਨੂ ਜੱਖੂ। ਅਨੂ ਜੱਖੂ ਸਨੀ ਅਨੂ ਅਨੂ ਜੱਖੂ। ਹਾਂਜੀ, ਅਨੂ ਜੱਖੂ ਮਾਤਾ ਦਾ ਨਾਂ। ਅਤੇ ਬਾਕੀ ਮੈਂਬਰ ਹੋਰ ਕੌਣ ਕੌਣ ਸੀਗੇ? ਇੱਕ ਉਹਨਾਂ ਦਾ ਬੇਟਾ ਸੀਗਾ, ਹੋਰ 7 ਸਾਲ ਦਾ, ਅਤੇ ਇੱਕ ਮਾਤਾ ਸੀ ਕਮਲਜੀਤ ਕੌਰ। ਬਾਕੀ ਸਾਰੇ ਠੀਕ ਆ? ਹਾਂਜੀ, ਹੋਸਪਿਟਲ ਆ ਜਿਹੜੇ ਇਲਾਜ। ਹੁਣ ਕਾਰਵਾਈ ਕੀ ਕਰ ਰਹੇ? ਕਾਰਵਾਈ ਦੇਖਦੇ ਹਾਂ, ਹਾਲੇ ਬਿਆਨ ਦੇਣੇ ਆ ਅਤੇ ਬਿਆਨਾਂ ਮੁਤਾਬਕ ਦੇਖਦੇ ਹਾਂ, ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕਰ ਲਵਾਂਗੇ। ਭਿਆਨਕ ਹਾਦਸਾ ਵਾਪਰਿਆ ਹੈ। ਸੜਕ ਹਾਦਸੇ ਦੇ ਵਿਚਾਲੇ 3 ਮਹੀਨੇ ਦੇ ਮਾਸੂਮ ਦੀ ਮੌਤ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਪਰਿਵਾਰ ਵਿਆਹ ਸਮਾਗਮ ਦੇ ਲਈ ਗੱਡੀ 'ਚ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਰਾਹ ਦੇ ਵਿਚਾਲੇ ਹੀ ਵੱਡਾ ਹਾਦਸਾ ਵਾਪਰ ਜਾਂਦਾ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਵਾਹਨ ਦੇ ਨਾਲ ਇਸ ਗੱਡੀ ਦੀ ਟੱਕਰ ਹੁੰਦੀ ਹੈ ਔਰ ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀ ਸਿੱਧਾ ਸੜਕ ਦੇ ਸਾਈਡ 'ਤੇ ਜਾ ਵੱਜਦੀ ਹੈ, ਜਿਸ ਤੋਂ ਬਾਅਦ ਬੇਕਾਬੂ ਹਾਲਾਤਾਂ ਦੇ ਵਿੱਚ ਗੱਡੀ ਦਾ ਵੱਡਾ ਨੁਕਸਾਨ ਵੀ ਹੁੰਦਾ। ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਅਤੇ ਇਸੇ ਹਾਦਸੇ ਦੇ ਵਿਚਾਲੇ ਇੱਕ 3 ਮਹੀਨੇ ਦੇ ਮਾਸੂਮ ਦੀ ਮੌਤ ਹੋਈ ਹੈ। ਪਰਿਵਾਰ ਦੇ 5 ਜੀ ਗੱਡੀ ਦੇ ਵਿੱਚ ਸਵਾਰ ਹੋ ਕੇ ਵਿਆਹ ਸਮਾਗਮ ਦੇ ਲਈ ਜਾ ਰਹੇ ਸੀ ਅਤੇ ਰਾਹ ਦੇ ਵਿਚਾਲੇ ਹੀ ਵੱਡਾ ਹਾਦਸਾ ਵਾਪਰ ਗਿਆ। ਤਾਂ ਵੱਡੀ ਖਬਰ ਨਵਾਂਸ਼ਹਿਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਹਾਦਸੇ ਦੇ ਦੌਰਾਨ 3 ਮਹੀਨੇ ਦੇ ਮਾਸੂਮ ਦੀ ਮੌਤ ਹੋਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮੌਕੇ 'ਤੇ ਪੁਲਿਸ ਪਹੁੰਚੀ ਹੈ। ਜਿਵੇਂ ਹੀ ਹਾਦਸਾ ਵਾਪਰਦਾ ਤਾਂ ਆਸੇ ਪਾਸੇ ਤੋਂ ਜੋ ਸੜਕ 'ਤੇ ਵਾਹਨ ਨਿਕਲ ਰਹੇ ਸੀ ਉਹ ਵੀ ਰੁਕ ਜਾਂਦੇ ਨੇ, ਚੀਕ ਚਿਖਾਣਾ ਮੱਚ ਜਾਂਦਾ। ਲੋਕਾਂ ਦੇ ਵੱਲੋਂ ਜੋ ਪਰਿਵਾਰ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ, ਉਹਨਾਂ ਨੂੰ ਨੇੜਲੇ ਹਸਪਤਾਲ ਵਿਖੇ ਦਾਖਲ ਕਰਵਾਇਆ ਜਾਂਦਾ, ਪਰ ਉੱਥੇ ਹੀ ਇਲਾਜ ਦੇ ਦੌਰਾਨ 3 ਮਹੀਨੇ ਦੇ ਮਾਸੂਮ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਜਾਂਦਾ, ਜਿਸ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਆ ਡਿੱਗਦਾ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਤਾਂ ਖਬਰ ਨਵਾਂਸ਼ਹਿਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਵੱਡਾ ਹਾਦਸਾ ਵਾਪਰਿਆ। ਸੜਕ ਹਾਦਸੇ ਦੇ ਵਿਚਾਲੇ 3 ਮਹੀਨੇ ਦੇ ਮਾਸੂਮ ਦੀ ਮੌਤ ਹੋਈ ਹੈ। ਇਹ ਗੱਡੀ ਜਲੰਧਰ ਤੋਂ ਆ ਰਹੀ ਸੀ, ਇਹ 'ਚ 5 ਮੈਂਬਰ ਸਵਾਰ ਸੀਗੇ, ਪਿੱਛੋਂ ਕਿਸੇ ਅਨਨੋਨ ਵਹੀਕਲ ਦੇ ਨਾਲ ਟਕਰਾ ਗਈ ਹੈ। ਟਕਰਾ ਕੇ ਜਿਹਦੀ ਸਾਰੀ ਨੁਕਸਾਨੀ ਗਈ ਹੈ, ਜਿਹਦੇ ਵਿੱਚ ਇੱਕ ਅਨਵਿਕ ਨਾਮ ਦਾ ਜਿਹੜਾ ਬੱਚਾ ਸੀ 3 ਮਹੀਨੇ ਦਾ, ਉਹਦੀ ਡੈਥ ਹੋ ਗਈ ਹੈ ਮੌਕੇ 'ਤੇ। ਬਾਕੀ ਮੈਂਬਰ ਸਾਰੇ ਗੁਰੂ ਨਾਨਕ ਮਿਸ਼ਨ ਹਸਪਤਾਲ ਦਾਖਲ ਹੈਗੇ ਆ। ਗੱਡੀ ਕੌਣ ਚਲਾ ਰਿਹਾ ਸੀਗਾ? ਗੱਡੀ ਵਿਨੋਦ ਜੱਖੂ ਚਲਾ ਰਿਹਾ। ਵਿਨੋਦ ਜੱਖੂ ਉਸ ਬੱਚੇ ਦਾ ਡੈਡੀ ਚਲਾ ਰਿਹਾ? ਬੱਚੇ ਦਾ ਡੈਡੀ। ਅਤੇ ਜਿਹੜਾ ਆ ਉਹਦੀ ਮਾਤਾ ਨੇ ਬੱਚਾ ਫੜਿਆ ਸੀਗਾ? ਹਾਂਜੀ, ਮਾਤਾ ਬੱਚਾ ਲੈ ਕੇ ਅੱਗੇ ਬੈਠੀ ਸੀ। ਬੈਠੀ ਸੀ। ਮਾਤਾ ਦਾ ਕੀ ਨਾਂ ਹੈ? ਅਨੂ ਜੱਖੂ। ਅਨੂ ਜੱਖੂ ਸਨੀ ਅਨੂ ਅਨੂ
ਅਨੂਜਾਕੂ ਹਾਂਜੀ ਅਨੂਜਾਕੂ ਮਾਤਾ ਦਾ ਨਾਮ ਤੇ ਬਾਕੀ ਮੈਂਬਰ ਹੋਰ ਕੌਣ ਕੌਣ ਸੀ ਇੱਕ ਉਹਨਾਂ ਦਾ ਬੇਟਾ ਸੀਗਾ ਹੋਰ ਜੀ 7 ਸਾਲ ਦਾ ਤੇ ਇੱਕ ਮਾਤਾ ਸੀ ਕਮਲਜੀਤ ਕੌਰ ਬਾਕੀ ਸਾਰੇ ਠੀਕ ਆ ਹਾਂਜੀ ਹਸਪਤਾਲ ਆ ਜਿਹੜੇ ਇਲਾਜ ਹੁਣ ਕਾਰਵਾਈ ਕੀ ਕਰ ਰਹੇ ਕਾਰਵਾਈ ਦੇਖਦੇ ਹਾਂ ਤੇ ਬਿਆਨ ਦੇਣੇ ਆ ਤੇ ਉਹ ਬਿਆਨਾਂ ਮੁਤਾਬਕ ਦੇਖਦੇ ਹਾਂ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕਰਦੇ ਹਾਂ